ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਰਦਾਰ ਗੁਰਚਰਨ ਸਿੰਘ ਬਰਾੜ ਇਹਨਾਂ ਨੇ ਮੇਰੇ ਨਾਲ ਕੁਛ ਸਾਲ ਪਹਿਲਾਂ ਤੋਂ ਮੇਰੀ ਵਾਕਫੀਤ ਬਣੀ। ਮੈਂ ਪੁਲਿਸ ਵਿੱਚ ਮੁਲਾਜ਼ਮਤ ਕਰਦਾ ਸਾਂ 1980 'ਚ। ਮੈਂ 1900 ਲੰਬੀ ਮੈਂ ਕਿਹੜੇ ਸਾਲ ਉਹ ਯਾਰ ਗੜਬੜ ਹੋ ਗਈ ਹੈ, ਚੇਤਾ ਭੁੱਲ ਗਿਆ। ਇਹਨਾਂ ਨਾਲ ਮੇਰਾ ਕਾਫੀ ਪ੍ਰੇਮ ਰਿਹਾ। ਫਿਰ ਕੁਛ ਪਿਛਾਂ ਹਟ ਕੇ ਭੁੱਲ ਗਏ ਕਿਤੇ ਕਿਤੇ ਇੰਡੀਆ 'ਚ ਮੈਂ ਕੰਮ 'ਚ ਆਣ ਕੇ ਇੱਧਰ ਆਪਣੇ ਇੱਕ ਦੂਜੇ ਨਾਲ ਮਿਲਦੇ ਨਹੀਂ ਰਹੇ। ਹੁਣ ਦਰਸ਼ਨ ਹੋਏ ਅਤੇ ਇਹ ਆ ਗਏ ਮੈਨੂੰ ਨਾਲ ਕਰ ਲਏ ਨੇ ਅਤੇ ਮੈਨੂੰ ਕਹਿੰਦੇ ਨੇ ਵੀ ਇੱਥੇ ਮੈਂ ਆਪਣੇ ਬਾਰੇ ਕੁਛ ਗੱਲ ਰਿਕਾਰਡ ਕਰਾਵਾਂ। ਉਮਰ ਮੇਰੀ 93 ਮਤਲਬ ਮੇਰਾ ਡੇਟ ਆਫ ਬਰਥ ਯਾਦ ਹੈ, 1 ਅਕਤੂਬਰ 1922 'ਚ ਮੈਂ ਪੈਦਾ ਹੋਇਆ ਸੀ। 93-94 ਜਿੰਨਾ ਕੁ ਬਣਦਾ ਇਹ ਤੁਸੀਂ ਆਪ ਬਣਾ ਲਓ। ਅਤੇ ਉਮਰ ਬੁੱਢੀ ਹੋਣ ਕਰਕੇ ਕੋਈ ਗੱਲਾਂ ਮੇਰੇ ਕੋਲ ਠੀਕ ਨਹੀਂ, ਕੋਈ ਭੁੱਲ ਗਿਆ ਨੇ ਕੁਛ ਕਰ ਵੀ ਨਹੀਂ ਯਾਦ, ਪਰ ਮੈਂ ਅੱਗੇ ਗੱਲ ਕੀਤੀ ਵੀ ਹੈ ਅਤੇ ਹੁਣ ਫਿਰ ਮੈਂ ਕਰਾਂ। ਇਹ ਗੱਲ ਹੈ ਵੀ ਪੁਲਿਸ ਦੀ ਨੌਕਰੀ ਦੇ ਵਿੱਚੋਂ ਜਿੰਨੀ ਸੇਵਾ ਹੋ ਸਕਦੀ ਹੈ ਹੋਰ ਕਿਤੇ ਕਿਸੇ ਮਹਿਕਮੇ 'ਚ ਨਹੀਂ ਹੋ ਸਕਦੀ ਜੇ ਬੰਦਾ ਇਮਾਨਦਾਰ ਹੋਵੇ। ਇਸ ਤਰ੍ਹਾਂ ਮੈਂ ਬੜੀ ਮਿਹਨਤ ਨਾਲ, ਬੜੀ ਵਾਹਿਗੁਰੂ ਦੀ ਕਿਰਪਾ ਹੋਈ, ਕੋਈ ਇਹੋ ਜਿਹੀ ਗੱਲ ਅਕਾਲ ਪੁਰਖ ਨੇ ਮੇਰੇ ਕੋਲ ਨਹੀਂ ਹੋਣ ਦਿੱਤੀ ਜਿਹੜੀ ਮੈਂ ਅੰਤਰਾਤਮ ਸ਼ਰਮਿੰਦਾ ਹੋ ਸਕਾਂ। ਕੋਈ ਨਹੀਂ, ਯਕੀਨ ਨਾਲ ਕੋਈ ਬੰਦਾ ਇਸੇ ਤਰ੍ਹਾਂ ਹੀ ਸੱਜਣ ਮੇਰੇ ਨੇੜੇ ਜਿਹੜੇ ਬਣੇ ਨੇ। ਸੋ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਪੁਲਿਸ ਦੀ ਨੌਕਰੀ 'ਚੋਂ ਫਿਰ ਮੈਂ ਜਦੋਂ ਇੰਸਪੈਕਟਰ ਤੱਕ ਗਿਆ ਅਤੇ ਕੁਛ ਮੈਂ ਦੱਸਿਆ ਇਹਨਾਂ ਨੂੰ ਕਿ ਕੋਈ ਗੱਲਾਂ ਗਲਤ ਕਰਦੇ ਸੀ ਕਰਾਉਂਦੇ ਸੀ ਅਤੇ ਮੈਂ ਉਹਨਾਂ ਨਾਲ ਨਾ ਗੱਲ ਰੜੀ ਅਤੇ ਮੈਂ ਅਸਤੀਫਾ ਦੇ ਦਿੱਤਾ ਸੀ। ਨੌਕਰੀ ਮੈਂ ਕੋਈ ਰਿਟਾਇਰ ਨਹੀਂ ਹੋਇਆ, ਛੱਡ ਦਿੱਤੀ ਸੀ ਆਪ ਹੀ, ਕਿਉਂਕਿ ਪੁਲਿਸ 'ਚ ਰਹਿੰਦਿਆਂ ਕੇਸ ਬਣਾ ਤਾ ਗਲਤ 'ਚ ਲੱਗਦਿਆਂ ਨਾਲ। ਜਲੰਧਰੋਂ ਮੈਨੂੰ ਟੈਲੀਫੋਨ ਆਇਆ, ਮੈਂ ਉਦੋਂ ਕਿਤੇ ਅੰਮ੍ਰਿਤਸਰ ਲੱਗਾ ਸੀ ਨਹੀਂ ਜਲੰਧਰ ਅਤੇ ਵੀ ਉਦੋਂ ਉਹ DIG ਸੀ ਹੈਗਾ, ਡਾਇਰੈਕਟਰ ਜਨਰਲ ਸੀ ਸਦੀਕੀ ਮੁਸਲਮਾਨ ਲਾਂਗੇ, ਉਸ ਨੂੰ ਪਤਾ ਲੱਗਿਆ ਵੀ ਇਹ ਗਲਤ ਕੇਸ ਗਲਤ ਬਣਾ ਤਾ ਮੇਰੇ 'ਤੇ। ਅਤੇ ਮੈਂ ਫਿਰ ਨਫ਼ਰਤ ਕਰ ਗਈ ਵੀ ਜੇ ਮੈਂ ਪੁਲਿਸ 'ਚ ਨਾ ਆਉਂਦਾ ਤਾਂ ਮੇਰੇ 'ਤੇ ਕੇਸ ਕਿਸਾ ਬਣਦਾ, ਇਸ ਕਰਕੇ ਮੈਂ ਉਹ ਛੱਡ ਦਿੱਤੀ ਸੀ ਨੌਕਰੀ। ਅਤੇ ਬਾਬਾ ਦੀ ਕਿਰਪਾ ਨੇ ਹੁਣ ਵੀ ਉਹਦੇ ਬਾਅਦ ਸਦੀਕੀ ਸਾਹਿਬ ਮੇਰੇ ਕੋਲ ਆਏ, ਹੋਰ ਵੀ ਅਫਸਰ ਆਉਂਦੇ ਮਿਲਦੇ ਗਲਦੇ ਰਹੇ ਅਤੇ ਇਹ ਵੀ ਜਿਹੜਾ ਕੇਸ ਬਣਾਇਆ ਸੀ ਮੈਨੂੰ ਹਸਖੜੀ ਨਹੀਂ ਲਾ ਸਕਿਆ, ਮੇਰੇ 'ਤੇ ਕਰਪਸ਼ਨ ਦਾ ਚੇਅਰਮੈਨ ਚੇਸ ਬਣਾ ਤਾ ਸੀ, ਪਰ ਉਹ ਕੁਛ ਵੀ ਨਹੀਂ ਹੋਇਆ ਕਿਉਂਕਿ ਹੁਣ ਬੜਾ ਤਕੜਾ ਹੋ ਗਿਆ। ਉਦੋਂ ਡਾਇਰੈਕਟਰ ਜਨਰਲ ਬਾਅਦ 'ਚ ਬਣ ਲੱਗਾ, ਉਦੋਂ DIG ਸੀ ਉਹ, ਉਹਨਾਂ ਕਿਹਾ ਮੈਨੂੰ ਸਾਰਾ ਪਤਾ ਬਿਲਕੁਲ ਗਲਤ ਬਣਿਆ। ਸੋ ਇਹ ਗੱਲਾਂ ਤੋਂ ਜਦੋਂ ਮੈਂ ਕਰਕੇ ਅਤੇ ਮੈਂ ਨੌਕਰੀ ਛੱਡ ਦਿੱਤੀ ਸੀ ਪੁਲਿਸ ਦੀ ਅਤੇ ਬੜੀ ਬਰਾੜ ਸਾਹਿਬ ਨਾਲ ਉਦੋਂ ਉਹਨਾਂ ਦਿਨਾਂ 'ਚ ਮੇਰੀ ਵਾਕਫੀਅਤ ਰਹੀ ਹੈ।
ਮੈਨੂੰ ਕਹਿੰਦੇ ਕੋਈ ਕੇਸ ਦੀ ਗੱਲ ਕੋਈ ਵੀ ਜ਼ਰੂਰ ਦੱਸਿਓ ਤੁਸੀਂ, ਕੇਸ ਹੁਣ ਕਈ ਹੋਏ ਨੇ ਅਤੇ ਭੁੱਲ ਜਾਂਦਾ ਐਵੇਂ ਨਹੀਂ। ਇੱਕ ਮੈਨੂੰ ਗੱਲ ਬੜੀ ਹੈਗੀ ਜਿਹੜੀ ਬੜੀ ਟੱਚਿੰਗ ਜਿਹੀ ਗੱਲ ਸੀ, ਉਹ ਮੈਨੂੰ ਯਾਦ ਹੈ। ਮੈਂ ਉੱਧਰ ਲੱਗਾ ਸੀ ਆਪਣੇ ਤਰਨ ਤਾਰਨ ਵੱਲ, ਅਤੇ ਉੱਥੇ ਕਹਿਣ ਵੀ ਸ਼ਰਾਬ ਬੜੀ ਨਿਕਲਦੀ ਹੈ ਦਰਿਆ ਦੇ ਕੰਢੇ 'ਤੇ। ਮੈਂ ਉਹ ਇੱਕ ਦੋ ਸਿਪਾਹੀ ਨਾਲ ਮਸ਼ਵਰਾ ਜਿਹਾ ਲਿਆ, ਅਤੇ ਇਹ ਵੀ ਵਾਚ ਕੀ ਨਾ ਵੀ ਦਰਿਆ ਦੇ ਕੰਢੇ 'ਤੇ ਬੜੇ ਵਧੀਆ ਵੇਖ ਲੈਂਦੇ ਹਾਂ, ਕੋਈ ਲੱਭਦੀਆਂ ਨੇ ਭੱਠੀਆਂ ਕਿੱਥੇ ਲੱਗਦੀਆਂ ਨੇ। ਅਤੇ ਉਹਦੇ ਵਿੱਚ ਮੈਂ ਤੁਰਿਆ ਜਾਂਦਾ ਸੀ ਬੇੜੀ ਦੇ ਉੱਤੇ, ਅਤੇ ਕੁਛ ਥੋੜ੍ਹੀ ਦੂਰ ਗਾਂ ਗਏ ਅਤੇ ਐਸ ਬਣਿਓ ਉਹ ਕਪੂਰਥਲਾ ਪਰ ਕਪੂਰਥਲੇ ਦਾ ਪਾਸਾ ਉਸ ਬਣੇ, ਉਸ ਬਣੇ ਉਸ ਕੰਢੇ ਦੇ ਉੱਤੇ ਬੰਦੇ ਬੇੜੀ 'ਚ ਬਣਨ ਨਿਕਲ ਜਾਣ। ਫਿਰ ਦੋ ਮੈਂ ਫਿਰ ਮੈਂ 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 ਮਲਾਰ ਨੂੰ ਆ ਕੇ ਅਤੇ ਉੱਧਰ ਨੂੰ ਆਖਿਆ ਬੇੜੀ ਲੈ ਚੱਲ, ਲੈ ਉੱਧਰ ਨੂੰ ਲੈ ਕੇ ਉਹ ਤੁਰਿਆ ਅਤੇ ਪਰ ਮੈਂ ਵੇਖਿਆ ਵੀ ਉਹਨੂੰ ਕੋਈ ਇਸ਼ਾਰਾ ਕਰਨ ਡਿਆ ਜਿਹੜਾ ਬੰਝ ਲਾਉਂਦਾ ਸੀ। ਮੈਂ ਉੱਠ ਗਿਆ ਕਿ ਮੈਂ ਮੇਰੀ ਗੱਲ ਸੁਣ, ਮੈਂ ਪਿਸਤੌਲ ਫੜਿਆ ਹੋਇਆ, ਉਹਨਾਂ ਨਾਲ ਮੇਰੀ ਗੋਲੀ ਚੱਲਣ ਡਈ ਹੈ, ਉਹਨਾਂ ਗੋਲੀ ਫਾਇਰ ਕਰਨ ਲੱਗ ਪਏ ਸੀ ਉਹ ਜਿਹੜੇ ਅਗਲੇ ਸੀ, ਅਤੇ ਮੈਂ ਤੈਨੂੰ ਵੀ ਮਾਰ ਦੇਣਾ, ਤੈਨੂੰ ਕਿਉਂ ਪਤਾ ਲੱਗੇ ਵੀ ਮੇਰੇ ਪੁਲਿਸ 'ਚ ਆ ਰਹੀ ਹੈ, ਇਹ ਅਸੀਂ ਇੱਥੋਂ ਜਾ ਰਹੇ ਹਾਂ। ਫਿਰ ਉਹ ਵੀ ਬਿਲਕੁਲ ਠੀਕ ਰਿਹਾ, ਬਹਿਣ ਸਿੱਧੀ ਬੀੜੀ ਲੈ ਕੇ ਗਏ ਉੱਧਰ, ਅਤੇ ਉੱਥੇ ਉਹ ਅਸਾਂ ਬੰਦੇ ਮੇਰੀ ਗੋਲੀ ਨਾਲ ਇੱਕ ਬੰਦਾ ਮਰ ਗਿਆ ਉਹਨਾਂ ਤੋਂ, ਅਤੇ ਦੋ ਫੜੇ ਫੜ ਲਏ ਅਸਾਂ, ਅਤੇ ਸ਼ਰਾਬ ਫੜੀ 70-80 ਬੋਤਲਾਂ ਸੀ, ਅਤੇ ਉਹ ਅਸੀਂ ਲੱਧਰ ਗਏ ਅਤੇ ਲੈ ਉੱਧਰ ਨੂੰ ਆਪਣੇ ਥਾਣਿਆਂ 'ਚ, ਥਾਣਾ ਭਿੱਖੀ ਪਿੰਡ ਸੀ ਮੇਰਾ ਖਿਆਲ, ਨਹੀਂ ਸਰਾਲੀ ਥਾਣਾ ਸੀ, ਯੈਸ ਥਾਣੇ ਸਰਾਲੀ 'ਚ ਪਰਚੇ ਹੋਇਆ ਅਤੇ ਲਿਖ ਲੁਕ ਕੇ ਆ ਗਿਆ ਉੱਥੋਂ। ਇਹ ਅਤੇ ਇਸ ਤਰ੍ਹਾਂ ਦੇ ਕੇਸ ਪੁਲਿਸ ਦੇ ਜਿਹੜੇ ਸ਼ਰਾਬ ਦੇ, ਔਰ ਮੈਨੂੰ ਬੜੇ ਯਕੀਨ ਨਾਲ ਇਹ ਗੱਲ ਆਖਣਾ ਵੀ ਲੋਕਾਂ ਸ਼ਰਾਬ ਕੱਢਣੋਂ ਇਹ ਅਖਾਣ ਹੀ ਬਣ ਗਏ ਵੀ ਇਹਨੂੰ ਬਦਲ ਲੈਣ ਦਿਓ ਫਿਰ ਕੱਢ ਲਾਂਗੇ। ਇਹ ਲੋਕ ਸ਼ਰਾਬ ਕੱਢਣੋਂ ਹਟ ਗਏ ਸੀ ਅਤੇ ਗੰਦੀ ਸ਼ਰਾਬ ਜਾਣੀ ਲੋਕ ਪੀ ਕੇ ਮਰ ਜਾਣੇਗੇ ਜੀ, ਅਤੇ ਉਹ ਵੀ ਮੈਂ ਸਮਝਦਾ ਸੀ ਵੀ ਭਗਤੀ ਹੈ, ਠੀਕ ਕਰਾਂਗੇ, ਠੀਕ ਲੋਕਾਂ ਨੂੰ ਖੁਰਾਕ ਮਿਲੀ ਚੰਗੀ ਤਰ੍ਹਾਂ ਨਾਲ ਕੁਛ ਕਿਸੇ ਬਣੇ। ਹੁਣ ਵੀ ਇਹਨਾਂ ਨੇ ਮੇਰਾ ਇਹ ਵਜਾ ਕੇ ਕਿਸੇ ਨੂੰ ਲੋਕਾਂ ਨੂੰ ਦੱਸਿਆ ਵੀ ਯਕੀਨਨ ਕੋਈ ਗੱਲ ਨਹੀਂ ਦੱਸ ਸਕਦਾ ਵੀ ਇਹ ਗੱਲ ਮੈਂ ਕੋਈ ਰਤਾ ਜੀ ਨਹੀਂ ਵੀ ਕੋਈ ਆਪਣੇ ਆਪ ਨੂੰ ਚੰਗਾ ਕਹਿਣ ਵਾਸਤੇ ਕੋਈ ਗਲਤ ਗੱਲ ਆਖਣੀ, ਬਿਲਕੁਲ ਠੀਕ ਆ ਗੱਲ ਆਖਣ ਡਿਆ। ਇਹ ਮੈਂ ਯਕੀਨ ਨਾਲ ਕਹਿ ਦੇਣਾ ਵੀ ਪੁਲਿਸ ਦੀ ਨੌਕਰੀ ਜਿਹੜੀ ਯਾਰ ਬਦਨਾਮੀ ਕਰਦੇ ਨੇ, ਜੇ ਬੰਦਾ ਅਸਲ ਭਗਤੀ ਹੋ ਸਕਦੀ ਹੈ ਤਾਂ ਇਸ ਨੌਕਰੀ 'ਚ ਹੀ ਹੋ ਸਕਦੀ ਹੈ। ਭਲਾ ਕਿਸੇ ਦਾ ਕਰਨਾ, ਗਲਤ ਗੱਲ ਨਾ ਕਰਨ ਦੇਣੀ, ਲੜਾਈਆਂ ਹੋ ਜਾਂਦੀਆਂ, ਲੜਾਈਆਂ ਹੋਣ ਹੀ ਨਹੀਂ ਦਿੰਦੇ ਇਸ ਤਰ੍ਹਾਂ ਸੀ ਵੀ ਆਪੋ 'ਚ ਕਿਸੇ ਦੀ ਕੋਈ ਝਗੜਾ ਹੋਇਆ ਸੁਲਾਹ ਕਰਾ ਦੇਣੀ, ਅਤੇ ਬਾਗਾਂ ਕਸਮਾਂ ਲੈ ਲੈਣੀਆਂ ਵੀ ਲੜਨਾ ਨਹੀਂ, ਆਪੋ 'ਚ ਪਿਆਰ ਕਰ ਦੇਣਾ,
ਉਹਨਾਂ ਨੂੰ ਟੱਬਰ ਨੂੰ ਉਹਨਾਂ ਦੇ ਘਰ ਲੈ ਜਾਣਾ ਰੋਟੀ ਖਿਲਾਉਣੀ, ਉਹਨਾਂ ਦੇ ਟੱਬਰ ਨੂੰ ਉੱਧਰ ਲੈ ਜਾਣਾ, ਦੁਸ਼ਮਣੀ ਵੰਡ ਖਤਮ ਕਰ ਦੇਣੀ, ਇਹ ਗੱਲ ਕਰਨੀ। ਇਹ ਨਹੀਂ ਵੀ ਸਤਿ ਕਵਿੰਜਾ ਇੱਧਰੋਂ ਸਤਿ ਕਵਿੰਜਾ ਇੱਧਰੋਂ 1000-200, ਇਹ ਮੈਂ ਨਹੀਂ ਕੀਤਾ। ਸਤਿ ਕਵਿੰਜਾ ਮੈਂ ਕਰਦਾ ਹੀ ਨਹੀਂ ਸੀ, ਉਹ ਮੁਲਾਜੇ ਹੋਣੇ ਸਤਿ ਕਵਿੰਜਾ ਕਿੰਨੇ ਫੜੇ ਕੋਈ ਮੇਰੇ ਨਾਲ ਇੱਦਾਂ ਹੋਈ। ਮੁਲਾਜਾ ਹੋਇਆ ਮੈਂ ਕਪਤਾਨ ਕਰਨ ਡੇ ਸੀ ਅਤੇ ਸਤਿ ਕਵਿੰਜਾ ਉਹ ਆਉਂਦੇ ਵੀ ਦਬਲ ਕਰੋ ਤਾਂ ਜੇ ਲੋਕਾਂ ਨੂੰ ਸਾਰਿਆਂ ਨੂੰ ਜ਼ਮਾਨਤਾਂ ਹੋ ਜਾਣ ਅਤੇ ਡਰ ਦੇ ਲੜਾਈ ਨੇ ਹੋਣ। ਕਿਉਂ ਭਾਈ ਸਤਿ ਕਵਿੰਜਾ ਕਿੱਦਾਂ ਹੋਇਆ, ਕਿੰਨੇ ਬਣੇ ਜੀ? ਮੈਂ ਜਰਾ ਆਖਿਆ ਜੀ ਚਾਰ ਖਰੇ, ਚਾਰ ਚੇਤਾ ਨਹੀਂ। ਖੜਾ ਹੋ ਜਾ ਬੈਂਚ 'ਤੇ, ਬੈਂਚ 'ਤੇ ਖੜਾ ਹੋ ਗਿਆ। ਅੱਛਾ ਉਹਦੇ ਮਗਰ ਚੱਲ ਪਏ। ਲੜਾਈ ਤਾਂ ਕਿੰਨੀਆਂ ਹੋਈਆਂ ਬਈ, ਇਹ ਬਰਬਾਦ ਤਾਂ ਹੋਣਾ ਇਲਾਕਾ ਸਾਰਾ ਹੀ। 324 ਹੋਏ, ਕਿੰਨੇ ਸਾਡੇ? 26 ਕੋਈ ਨਹੀਂ ਹੋਇਆ ਜੀ, ਕਤਲ ਕੋਈ ਨਹੀਂ ਹੋਇਆ। ਉਹ ਕੀ ਕਰਦਾ ਰਿਹਾ? ਮੈਂ ਕਿਹਾ ਉਹ ਜਿਹੜਾ ਤੁਸੀਂ ਆਖਿਆ ਮੈਂ ਉਹ ਨਹੀਂ ਕਰਦਾ ਰਿਹਾ, ਸਤਿ ਕਵਿੰਜਾ ਮੈਂ ਨਹੀਂ ਕੀਤੀ, ਸੁਲਾਹ ਕਰਵਾਉਂਦਾ ਰਿਹਾ। ਇਹ ਨਹੀਂ ਵੀ ਤੂੰ ਲੜਦੇ ਰਹੋ ਬਸ਼ੱਕ ਦੇ, ਸਤਿ ਕਵਿੰਜਾ 'ਚ ਬੰਨ ਕੇ ਤੂੰ ਇੱਧਰ ਨੂੰ ਕਰਕੇ, ਮਤਲਬ ਵੀ ਕੋਈ ਮੁਕਦਮਾ ਨਹੀਂ ਹੋਇਆ ਜੇ ਤਾਂ ਹੋਇਆ ਹੈ ਅਤੇ ਮੈਨੂੰ ਕਹਿੰਦੇ ਕੀ ਕਰਦਾ ਰਿਹਾ? ਮੈਂ ਕਿਹਾ ਜੀ ਉਹ ਜੋ ਕੁਛ ਤੁਸੀਂ ਕਹਿੰਦੇ ਜੀ ਉਹ ਮੈਂ ਕਰਦਾ ਰਿਹਾ, ਅਤੇ ਮੈਂ ਸਤਿ ਕਵਿੰਜਾ ਨਹੀਂ ਕੀਤੀ ਜੀ। ਬੜਾ ਖੁਸ਼ ਹੋਇਆ। ਇੱਥੇ ਲੋਕਾਂ ਨੂੰ ਦੱਸ ਤੂੰ ਕੀ ਕਰਦਾ ਸੀ? ਮੈਂ ਦੱਸਿਆ, ਮੈਂ ਕਿਹਾ ਜੀ ਲੋਕਾਂ ਨੂੰ ਪਤਾ ਸਾਰਾ, ਤੁਸੀਂ ਸੁਣ ਲਓ। ਬਿਲਕੁਲ ਗਲਤ ਹੈ, ਕਈ ਗੱਲਾਂ ਜਿਹੜੀਆਂ ਨੇ ਉਹ ਆਪਣੇ ਵੱਲੋਂ। ਸਤਿ ਕਵਿੰਜਾ ਬਹੁਤ ਘੱਟ ਥਾਂ ਕੰਮ ਗਾਉਂਦੀ ਹੈ, ਜਿਹਦੇ ਵੇਖਿਆ ਵੀ ਬੜੇ ਵੱਡੇ ਆਦਮੀ ਨੇ ਬੜੇ ਕਰਦੇ ਨੇ ਅਤੇ ਗਲਤ ਮਲਤ ਗੱਲ ਅਤੇ ਪੁਲਿਸ ਵਾਲੇ ਵੀ ਡਰਦੇ ਅਤੇ ਉਹ ਰਿਸ਼ਵਤ ਚੱਲਦੀ ਜਿੱਥੇ ਜ਼ਿਆਦਾ, ਉੱਥੇ ਸਤਿ ਕਵਿੰਜਾ ਕਰ ਦੇਣੀ ਵੀ ਗਲੋਂ ਗਲੋਂ ਫਲ ਸਾਰੇ ਦੇ ਵੀ ਅਸੀਂ ਤਾਂ ਜੀ ਕਰਤੇ ਸੀ ਖਸਮ, ਲੜ ਪਏ ਤਾਂ ਆਪ ਲੜ ਪਏ ਅਤੇ ਨਹੀਂ ਤਾਂ ਪੱਕੀ ਗੱਲ ਹੈ ਕਿ ਸੁਲਾਹ ਕਰਾ ਦੇਣੀ। ਸੁਲਾਹ ਜਿਹੜੀ ਹੈ ਉਹਦੇ ਨਾਲ ਪੱਕਾ ਇਲਾਜ ਹੋ ਜਾਂਦਾ ਸੀ, ਕੋਈ ਲੜਾਈ ਨਹੀਂ ਸੀ ਹੁੰਦੀ। ਵਾਹਿਗੁਰੂ ਦੀ ਕਿਰਪਾ, ਦੋ ਚਾਰ ਸਾਲ ਥਾਣਿਆਂ 'ਚ ਲੱਗੇ ਵੀ ਰਹੇ ਅਤੇ ਕੋਈ ਲੜਾਈ 2-4 ਸਾਲ ਇੱਕ ਸਾਲ ਨਹੀਂ ਵਗਰੇ ਬਦਲੀ ਹੋ ਜਾਂਦੀ ਛੇਤੀ। ਜਿਹੜੇ ਬੰਦੇ ਉਹ ਜੇ ਆਉਣਾ ਗੱਲ ਕਰਨੀ ਅਤੇ ਬਦਲੀ ਕਰ ਪਰ ਨਹੀਂ ਮੈਨੂੰ ਇਹ ਜਿਹੜੇ ਅਫਸਰ ਵੱਡੇ ਹੁੰਦੇ ਹੀ ਉਹ ਫਿਰ ਗੁਰਬਖਸ਼ ਨੂੰ ਵਾਪਸ ਮੰਗਾਓ, ਇਹਨਾਂ ਗਲਤ ਬਦਲਿਆ, ਇਹ ਮੇਰੇ ਨਾਲ ਆਉਂਦਾ ਰਿਹਾ ਇੱਦਾਂ ਰਿਹਾ ਅਤੇ ਮੈਂ ਸਹਿਰੀ ਆਉਂਦਾ ਬਦਲਿਆ ਸੀ ਉਹਨੂੰ ਅਤੇ ਇਹ ਬਰਜਿੰਦਰ ਸਿੰਘ ਲੱਗਾ ਅਤੇ ਉਹ ਆਉਂਦਾ ਵੀ ਉਹ ਤੁਹਾਨੂੰ ਮੈਨੂੰ ਬਦਲਿਆ ਅਤੇ ਉਹਨੂੰ ਆਖਿਆ ਤੈਨੂੰ ਮੁੜ ਕੇ ਉੱਥੇ ਹੀ ਕਰ ਦੇਣਾ ਅਤੇ ਬਿਲਕੁਲ ਚਿੰਤਾ ਨਾਲ ਲਾਈ, ਦਿਲ ਚ ਨਾਲ ਲਾਈ ਜੀ ਵੀ ਤੈਨੂੰ ਕਿਉਂ ਬਦਲਿਆ ਅਤੇ ਉਹ ਵਾਹਿਗੁਰੂ ਦੀ ਬੜੀ ਕਿਰਪਾ ਰਹੀ ਹੈ ਅਤੇ ਲੋਕਾਂ ਨੂੰ ਵੀ ਸੁੱਖ ਰਿਹਾ, ਮੈਂ ਆਤਮਾ ਖੁਸ਼ ਵੀ ਰਹੀ ਅਤੇ ਵੀ ਨਹੀਂ ਕਿਸੇ ਨਾਲ ਵਾਧਾ ਨਹੀਂ ਕਰਨ ਦਿੱਤਾ ਨਾ ਹੋਇਆ। ਯਕੀਨ ਤੌਰ ਦੇ ਉੱਤੇ ਵੀ ਮੈਂ ਤੁਹਾਨੂੰ ਦੱਸਣਾ, ਪੁਲਿਸ ਦੀ ਨੌਕਰੀ ਬਹੁਤ ਅੱਛੀ ਹੈ, ਲੋਕਾਂ ਦੀ ਅਸਲੀ ਭਗਤੀ ਹੈ, ਇਨਸਾਫ ਲੋਕਾਂ ਨਾਲ ਠੀਕ ਕਰਨਾ ਹੋਏ, ਗਲਤ ਕੰਮ ਨਾ ਕੀਤਾ ਹੋਏ, ਮਨ ਸ਼ਾਂਤੀ 'ਚ ਰਹਿੰਦਾ ਅਤੇ ਬਾਕੀ ਰਿਸ਼ਵਤ ਨਾਲ ਲਏ ਅਤੇ ਗੱਲ ਕਰ ਮੈਂ ਇਹ ਪਰ ਉਹ ਜਿਹੜਾ ਮੈਂ ਦੱਸਿਆ ਵੀ ਬਗੈਰ ਗੱਲ ਤੋਂ ਹੀ ਮੈਨੂੰ ਦਬਲ ਕੱਢਿਆ ਸੀ ਅਤੇ ਮੈਂ
ਮੈਂ ਨਾ ਛੱਡ ਦਿੱਤੀ ਸੀ ਨੌਕਰੀ, ਇਹ ਹੋਰ ਮੈਂ ਬਾਪੂ ਜੀ ਹੁਣ ਤੁਸੀਂ ਬਾਬੇ ਨਾਨਕ ਬਾਰੇ ਗੱਲ ਕਰੋ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਸੁਣਾਓ ਸਾਨੂੰ।